ਪਹਿਲਾਂ ਮੈਡਮ ਨੂੰ ਕਿਹਾ ਤੁਸੀਂ ਪਿੱਛੇ ਨੂੰ ਹੋ ਜਾਓ। ਉਹਨੇ ਪਿਸਟਲ ਕੱਢੀ ਅਤੇ ਕਰਨ ਲੱਗ ਗਿਆ। ਮੈਡਮ ਨੂੰ ਕਿਹਾ ਉਹਨਾਂ ਨੇ ਕਿ ਨਾ ਪਿੱਛੇ ਨੂੰ, ਫਿਰ ਸਰ ਨੂੰ ਕਿਹਾ, ਫਿਰ ਉਹ ਉੱਥੇ ਆ ਗਿਆ ਜੀ ਕਾਊਂਟਰ ਕੋਲ। ਮੈਨੂੰ ਕਹਿੰਦਾ ਕੈਸ਼ ਬੈਗ ਕੱਢ ਛੇਤੀ। ਪਤਲਾ ਸੀ ਔਰ ਅਤੇ ਰੰਗ ਵੀ ਫੇਅਰ ਸੀ ਉਹਦਾ, ਅਤੇ ਰੁਮਾਲ ਬੰਨਿਆ ਹੋਇਆ ਸੀ। ਉਹਨੇ ਬਲੈਕ ਕਲਰ ਦੀ ਜੈਕਟ ਪਾਈ ਹੋਈ ਸੀ ਜੀ। ਉਹਨੇ ਕਿਹਾ ਕੂਟਰ ਅੱਟ ਕੁਛ ਨਹੀਂ ਵਜਾਉਣਾ ਜੀ, ਅਤੇ ਕੋਈ ਕੋਲ ਨਹੀਂ ਕਰਨੀ, ਪਿੱਛੇ ਹੋ ਜਾਓ, ਆਪਣੀ ਸੀਟਾਂ 'ਤੇ ਪਿੱਛੇ ਹੋ ਜਾਓ। ਦਿਨ ਦਿਹਾੜੇ ਚੰਡੀਗੜ੍ਹ ਸੈਕਟਰ 61 ਦੇ ਬੈਂਕ ਦੇ ਵਿੱਚ 10.5 ਲੱਖ ਰੁਪਏ ਦੀ ਰੋਬਰੀ ਹੋਈ ਹੈ। ਇੱਕ ਵਿਅਕਤੀ ਜਿਹੜਾ ਗਨ ਪੁਆਇੰਟ 'ਤੇ ਆਉਂਦਾ ਅਤੇ ਗਨ ਪੁਆਇੰਟ 'ਤੇ 10.5 ਲੱਖ ਰੁਪਏ ਲੁੱਟ ਕੇ ਲੈ ਜਾਂਦਾ। ਇਹ ਬੈਂਕ ਹੈਗਾ, ਤੁਸੀਂ ਦੇਖ ਸਕਦੇ ਹੋ, ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ। ਇਸ ਬੈਂਕ ਦੇ ਵਿੱਚ ਗਨ ਪੁਆਇੰਟ ਦੇ ਉੱਪਰ ਰੋਬਰੀ ਹੋਈ ਹੈਗੀ। ਇਸ ਜਗ੍ਹਾ ਦੇ ਉੱਪਰ ਜਿਹੜੇ ਮੌਜੂਦ ਸੀਗੇ ਲੋਕ, ਇੱਥੋਂ ਜਿਹੜਾ ਹੈਗਾ ਲੁੱਟ ਕੇ ਗਨ ਪੁਆਇੰਟ ਦੇ ਉੱਪਰ ਲੁੱਟ ਕੇ ਲੈ ਗਏ ਨੇ। ਦੱਸ ਰਿਹਾ ਕਿ ਹਿੰਦੀ ਉਹ ਜਿਹੜੇ ਕਿ ਬੋਲਦੇ ਸੀਗੇ। 10.5 ਲੱਖ ਰੁਪਏ ਦੀ ਇਸ ਬੈਂਕ ਵਿੱਚ ਰੋਬਰੀ ਹੋਈ ਹੈ। ਫਿਲਹਾਲ ਪੁਲਿਸ ਜਿਹੜੀ ਹੈਗੀ ਇੱਥੇ ਦੇ ਜਿਹੜੇ CCTV ਕੈਮਰੇ ਲੱਗੇ ਨੇ ਉਹਨਾਂ ਨੂੰ ਫੜੋਲ ਰਹੀ ਹੈ, ਅਤੇ ਉਹਨਾਂ ਦੀ ਖੋਲ੍ਹ ਕੇ ਉਹਨਾਂ ਨੂੰ ਦੇਖ ਕੇ ਲੱਭ ਰਹੀ ਹੈ ਕਿ ਕਿਸ ਤਰ੍ਹਾਂ ਦੇ ਲੋਕ ਸੀਗੇ। ਸਰ ਮੈਂ ਉੱਥੇ ਕੈਸ਼ 'ਤੇ ਬੈਠਿਆ ਸੀ, ਅਤੇ ਸਰ ਉਰੇ ਬਾਹਰੋਂ ਆ ਕੇ ਜੀ, ਪਹਿਲਾਂ ਉਰੇ ਮੈਡਮ ਬੈਠੇ ਸੀ ਜੀ, ਅਤੇ ਉਰੇ ਸਰ ਬੈਠੇ ਸੀ, ਅਤੇ ਮੈਂ ਉਹ ਲਾਸਟ ਸੀਟ 'ਤੇ ਬੈਠਿਆ ਸੀ। ਅਤੇ ਸਰ ਪਹਿਲਾਂ ਮੈਡਮ ਨੂੰ ਕਿਹਾ ਤੁਸੀਂ ਪਿੱਛੇ ਨੂੰ ਹੋ ਜਾਓ, ਉਹਨੇ ਪਿਸਟਲ ਕੱਢੀ ਅਤੇ ਕਰਨ ਲੱਗ ਗਿਆ। ਮੈਡਮ ਨੂੰ ਕਿਹਾ ਉਹਨਾਂ ਨੇ ਕਿ ਨਾ ਪਿੱਛੇ ਨੂੰ, ਫਿਰ ਸਰ ਨੂੰ ਕਿਹਾ, ਫਿਰ ਉਹ ਉੱਥੇ ਆ ਗਿਆ ਜੀ ਕਾਊਂਟਰ ਕੋਲ। ਮੈਨੂੰ ਕਹਿੰਦਾ ਕੈਸ਼ ਬੈਗ ਕੱਢ ਛੇਤੀ, ਅਤੇ ਮੈਂ ਥੱਲੇ ਨੂੰ ਕਰਦਾ ਇੱਕ ਵਾਰ, ਮੈਂ ਚਲੋ ਹੈ ਨਾ ਪਿਸਟਲ, ਫਿਰ ਕਹਿੰਦਾ ਨਹੀਂ ਮੈਂ ਸ਼ੂਟ ਕਰ ਰਿਹਾ, ਛੇਤੀ ਕਰੋ ਛੇਤੀ ਕਰੋ। ਅਤੇ ਆਪਣਾ ਫਿਰ ਮੈਂ ਉਹਨਾਂ ਨੂੰ ਬੈਗ ਫੜਾ ਦਿਆ ਜੀ ਆਪਣਾ ਕੱਢ ਕੇ। ਸਰ ਪਤਲਾ ਸੀ ਔਰ ਅਤੇ ਰੰਗ ਵੀ ਫੇਅਰ ਸੀ ਉਹਦਾ, ਅਤੇ ਰੁਮਾਲ ਬੰਨਿਆ ਹੋਇਆ ਸੀ। ਉਹਨੇ ਬਲੈਕ ਕਲਰ ਦੀ ਜੈਕਟ ਪਾਈ ਹੋਈ ਸੀ ਜੀ। ਹਾਂਜੀ ਸਰ, ਹਿੰਦੀ 'ਚ ਬੋਲਦਾ ਸੀ। ਹਾਂਜੀ ਹਾਂਜੀ, ਨਹੀਂ ਸਰ ਪਹਿਲਾਂ ਤਾਂ ਕਦੀ ਨਹੀਂ ਦੇਖਿਆ ਜੀ। ਅਤੇ ਰੁਮਾਲ ਬੰਨਿਆ ਹੋਇਆ ਸੀ ਉਹਨੇ ਵਾਈਟ ਕਲਰ ਦਾ ਹੀ। ਹਾਂਜੀ ਸਰ, ਉਹ 10.5 ਲੱਖ ਲੈ ਗਿਆ ਜੀ। ਨਹੀਂ ਅਲਾਰਮ ਦਾ ਹੈ ਤਾਂ ਹੈ ਜੀ ਸਰ, ਉਹ ਪਤਾ ਨਹੀਂ ਚੱਲ ਨਹੀਂ। ਉਹਨੇ ਕਿਹਾ ਹੂਟਰ ਅੱਟ ਕੁਛ ਨਹੀਂ ਵਜਾਉਣਾ ਜੀ, ਅਤੇ ਕੋਈ ਕੋਲ ਨਹੀਂ ਕਰਨੀ, ਪਿੱਛੇ ਹੋ ਜਾਓ, ਆਪਣੀ ਸੀਟਾਂ 'ਤੇ ਪਿੱਛੇ ਹੋ ਜਾਓ। ਅਤੇ ਸਰ ਉਹ ਮਤਲਬ ਜਦ ਕੈਸ਼ ਲੈ ਕੇ ਅਸੀਂ ਪਿੱਛੇ ਪਿੱਛੇ ਗਏ, ਅਸੀਂ ਨਾਗੂਰੇ ਪੁਲਿਸ ਚੌਂਕੀ ਆ, ਮੈਂ ਅਤੇ ਮੈਡਮ ਪਿੱਛੇ ਗਏ ਹੈ ਨਾ। ਕਹਿੰਦਾ ਜੇ ਕੋਈ ਬਾਹਰ ਵੀ ਨਿਕਲਿਆ ਮੈਂ ਸ਼ੂਟ ਕਰ ਦੂੰਗਾ। ਇਹ 12 ਵਜੇ 12:10 ਦੀ ਵਾਰਦਾਤ ਹੈ ਜੀ। ਅਸੀਂ ਹੈੱਡ ਆਫਿਸ ਸੀਗੇ, ਹੈੱਡ ਆਫਿਸ ਅਸੀਂ ਫਟਾਫਟ ਭੱਜਿਆ, GM ਮੈਂ ਵੀ ਅਸਿਸਟ ਕੀਤਾ ਉਹਨਾਂ, ਸਾਡੇ SDM ਸਾਹਿਬ ਵੀ ਆਏ ਜਿਹੜੇ ਜਿਹੜੇ ਐਡਮਿਨਿਸਟ੍ਰੇਟਰ ਨੇ ਬੈਂਕ ਦੇ, ਅਤੇ ਪੁਲਿਸ ਦੇ ਨਾਲ ਹੈਗੇ ਐਡਜੋਇਨਿੰਗ। ਇਹ ਆਪਣਾ ਇੱਥੇ ਆ ਕੇ ਉਹਨੇ ਗਨ ਕੱਢ ਲਈ ਵੀ ਉਹ ਬੈਗ ਦੋ ਮੈਨੂੰ ਕੈਸ਼ ਦੇ। ਅਸੀਂ ਮੈਂ ਤਾਂ ਆਪਣੇ ਹੈੱਡ ਆਫਿਸ ਤੋਂ ਆਇਆ ਜੀ। ਹਾਂ, ਉਰੇ ਆ ਸਰਦਾਰ ਜੀ ਸੀਗੇ, ਇੱਕ ਦੂਜੇ ਸਰਦਾਰ ਸੀ, ਇੱਕ ਕੈਸ਼ੀਅਰ ਸੀ, ਇੱਕ ਮੈਨੇਜਰ ਸੀ। ਉਹ 10.40 ਲੱਖ ਦੇ ਕਰੀਬ ਲੈ ਗਏ, 10.5 ਦੇ ਕਰੀਬ। ਲੋਕੇਸ਼ਨ ਚੱਲ ਰਹੀ ਹੈ, ਜੈਸੇ ਕੁਛ ਨਿਕਲੇਗਾ ਤੋ ਆਪਕੋ ਬਤਾਏਂਗੇ। ਅਭੀ ਤੋ ਇਨਫਾਰਮੇਸ਼ਨ ਤੋ ਯਹੀ ਹੈ ਕਿ ਯਹਾਂ ਸੇ ਰੋਬਰੀ ਹੋਈ ਹੈ। ਅਭੀ ਹਮ ਜੋ ਵੀ CCTV ਫੁਟੇਜਿਸ ਹੈ ਰੋਡ ਕੇ ਸਭ ਚੈੱਕ ਕਰ ਰਹੇ ਹੈ, ਤੋ ਜੈਸੇ ਕੁਛ ਨਿਕਲੇਗਾ ਤੋ ਆਪਕੋ ਬਤਾਏਂਗੇ। ਇਨਵੈਸਟੀਗੇਸ਼ਨ 10.5 ਲੱਖ ਰੁਪਏ ਕੀ ਰੋਬਰੀ ਹੋਈ ਹੈ। ਹਾਂਜੀ, ਗਨ ਪੁਆਇੰਟ ਪੇ ਹੋਈ ਹੈ। ਕਿਤਨੇ ਲੋਕ ਥੇ ਜੀ? ਬੈਂਕ ਮੇ 4 ਲੋਕ ਥੇ। ਔਰ ਲੂਟਨੇ ਵਾਲੇ ਕਿਤਨੇ ਥੇ? ਲੂਟਨੇ ਵਾਲਾ ਇੱਕ ਬੰਦਾ ਥਾ। ਇਸ ਕੈਬਨ ਦੇ ਵਿੱਚੋਂ ਜਿਹੜਾ ਗਨ ਪੁਆਇੰਟ ਦੇ ਉੱਪਰ ਲੁੱਟ ਕੇ ਲੈ ਕੇ ਗਏ ਨੇ, ਦੱਸ ਦਈਏ ਕਿ ਆਹ ਉਹ ਕੈਬਨ ਹੈ ਜਿਸ ਕੈਬਨ ਦੇ ਵਿੱਚੋਂ ਲੁੱਟ ਹੋਈ ਹੈਗੀ। ਉਹ ਜਿਹੜਾ ਸਟਾਫ ਸੀਗਾ, ਉਹ ਤੁਸੀਂ ਦੇਖ ਸਕਦੇ ਹੋ, ਸਟਾਫ ਜਿਹੜਾ ਹੈਗਾ ਉਹ ਮੌਜੂਦ ਸੀਗਾ। ਉਹਨਾਂ ਸਟਾਫ ਨੂੰ ਜਿਹੜਾ ਹੈਗਾ ਗਨ ਪੁਆਇੰਟ ਦੇ ਉੱਪਰ ਉਹਨਾਂ ਦੇ ਨਾਲ ਜਿਹੜੀ ਕਿ ਲੁੱਟ ਕੀਤੀ ਗਈ ਹੈਗੀ। ਦਿਨ ਦਿਹਾੜੇ ਇਹ ਲੁੱਟ ਹੋਈ ਹੈ, ਦੱਸਿਆ ਜਾ ਰਿਹਾ ਕਿ CCTV ਕੈਮਰੇ ਹਜੇ ਫੜੋਲ ਰਹੀ ਹੈ, ਪੁਲਿਸ ਦੇਖ ਰਹੀ ਹੈ। ਲੇਕਿਨ ਦੋ ਵਿਅਕਤੀਆਂ ਵੱਲੋਂ ਇਸ ਵਾਰਦਾਤ ਨੂੰ, ਵੱਡੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ ਹੈਗਾ। ਫਿਲਹਾਲ ਪੁਲਿਸ ਜਿਹੜੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਕੈਮਰਾਮੈਨ ਰੰਜਨ ਸ਼ਰਮਾ ਦੇ ਨਾਲ ਦਲਜੀਤ ਸਿੰਘ, PTC ਨਿਊਜ਼, ਚੰਡੀਗੜ੍ਹ।